आकाशवाणी ਖਬਰਾਂ ਸ਼ਿਵੀ ਸੂਰੀ ਕੁਲਾ ਕੇਂਦਰੀ ਮੰਤਰੀ ਮੰਡਲ ਨੇ ਗੰਨਾ ਕਰਸਾਨੇ ਲਈ ਸਭ ਨੇ ਥਮਾ ਵੱਧ ਕੀਮਤ 315 ਰੁਪਏ ਪ੍ਰਤੀ ਕੁਇੰਟਲ ਲਾਕਾਰੀ ਮੁੱਲ ਦੇਣ ਦਾ ਫੈਸਲਾ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਪ੍ਰਗਤੀ ਬੈਠਕਾਂ ਦੀ ਅਧਿਕਸ਼ਤਾ ਕੀਤੀ ਰੇੜੀ ਫੜਿਆਲੇ ਆਸਾ ਡਿਜੀਟਲ ਲੈਣ-ਦੇਣ ਕੀ ਮਿਸ਼ਨ ਮੋਰ ਤੱਕ ਬੜਾਵਾ ਦੇਣੇ ਦੇ ਨਿਰਦੇਸ਼ ਦਿੱਤੇ ਗੁਜਰਾਤ ਸਰਕਾਰੇ ਸੈਮੀਕੰਡਕਟਰ ਚਿਪ ਬਣਾਉਣੇ ਵਾਲੀ ਅਮਰੀਕਾ ਦੀ ਕੰਪਨੀ ਕਨੇ ਅਹਮਦਾਬਾਦ ਚ ਸੈਮੀਕੰਡਕਟਰ ਤਿਆਰ ਕਰਨੇ ਵਾਲੀ ਇਕਾਈ ਦੀ ਸਥਾਪਨਾ ਕਰਨੇ ਸਰਵੰਧੀ ਇੱਕ ਸਮਝੌਤਾ ਪੱਤਰ ਪਰ ਦਸਤਖਤ ਕੀਤੇ ਨਾ ਕੇਂਦਰੀ ਗ੍ਰਹਿ ਮੰਤਰੀ ਹੋਰੇ ਬਿਹਾਰ ਚ ਲੱਖੀ ਸਰਾਜ ਚ ਇਕ ਜਨ ਰੈਲੀ ਕਿਸਮ ਹੁਤ ਕਰਗਨ ਤੇ ਬਕਰীদ ਅੱਜ ਪੂਰੇ ਮੁਲਖਾ ਚ ਪੂਰੇ ਧਾਰਮਿਕ ਸ਼ਰਧਾ ਤੇ ਪਾਵਨਾ ਕਰਨੇ ਮਨਾਏ ਜਾਂਦੀ ਹੈ। त्यौਲ ਖਬਰਾਂ ਦੀ ਤਫਸੀਲ ਕੇਂਦਰੀ ਮੰਤਰੀ ਮੰਡਲ ਨੇ 2023 24 ਬਰੇਲੇ ਗੰਨਾ ਕਰਸਾਣੇ ਲਈ ਸਭ ਨੇ ਥਮਾ ਬਾਦ ਕੀਮਤ ਰਸੋ 15 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਫੈਸਲਾ ਕੀਤਾ ਹੈ। ਇਹ ਦੇ ਕੰਨੇ 5 ਕਰੋੜ ਗੰਨਾ ਕਰਸਾਣੇ ਤੇ ਹੁੰਦੇ ਆਸ਼ਰਿਤੇਗੀ ਲਾਪੂਜਗ ਤੇ ਕੰਨੇ ਕੇ ਗੰਨਾ ਮਿਲਣ ਚ ਲੱਗੇ ਦੇ 5 ਲੱਖ ਕਾਮਗਾਰੇ ਗਿਲਾਪੂਜਗ ਕੱਲ ਨਵੀਂ ਦਿੱਲੀ ਚ ਮੀਡੀਆ ਕੰਨੇ ਗੱਲਬਾਤ ਕਰਦੇ ਹੋਏ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਹੋਰੇ ਆਖਿਆ ਜੇ ਗੰਨਾ ਕਿਸਾਨੇ ਲਈ ਸਭ ਨੇ ਥਮਾ ਮਤਾ ਲਾਭਕਾਰੀ ਮੁੱਲ ਲੈ ਮੁਲਕਾ ਚ ਸ਼ੋਧ ਕੀ ਬੜਾਵਾ ਦੇਨੇ ਦੇ ਮਕਸਦ ਕਰਨੇ ਸਰਕਾਰੇ ਰਾਸ਼ਟਰੀ ਸ਼ੋਧ ਸੰਸਥਾਨ ਐਨ ਆਰ ਐਫ ਬਿੱਲ 203 ਆਨੇ ਦਾ ਵੀ ਫੈਸਲਾ ਕੀਤਾ ਹੈ ਕੇਂਦਰੀ ਮੰਤਰੀ ਮੰਡਲ ਆਸਿਆ ਮਨਜ਼ੂਰ ਕੀਤੀਗੇ ਦੇ ਬਿਲ ਕੰਨੇ ਸ਼ੋਥ ਤੇ ਯੂਨੀਵਰਸਿਟੀ ਕਾਲਜੇ ਤੇ ਸ਼ੋਧ ਸੰਸਥਾਨੇ ਰੇ ਸ਼ੋਧ ਲਈ ਐਨ ਆਰ ਐਫ ਗੀ ਕਾਇਮ ਕਰਨੇ ਦਾ ਰਸਤਾ ਸਾਫ ਹੋਈ ਗਿਆ ਮੰਤਰਾਲੇ ਨੇ ਦੱਸਿਆ ਜੇ ਬਿਲ ਚ ਇਹਦੇ ਲਈ ਅਗਲੇ 5 ਬਰੇ ਦਰਾਂ 50000 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ 10 ਰਾਜਾਂ ਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 1,21,000 ਕਰੋੜ ਰੁਪਏ ਦੀ ਲਾਗਤ ਵਾਲੇ 12 ਪ੍ਰੋਜੈਕਟਾਂ ਦੀ ਸਥਿਤੀ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਉਰੇ ਇਹ ਜਾਇਜ਼ਾ ਉੰਦੀ ਅਧਿਅਕਸ਼ਤਾ ਚ ਲੱਗੀ ਦੀ ਪ੍ਰਗਤੀ ਦੀ ਬਤਾਲਮੀ ਮੀਟਿੰਗ ਚ ਲਾਤਾ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਉਰੇ ਰਾਜਕੋਟ ਤੇ ਜੰਮੂ ਅਵੰਤੀਪੁਰਾ, ਬੀਬੀਨਗਰ, ਮਧੁਰਾਈ, ਰਿਵਾਰੀ ਤੇ ਧਰਮਿਆਚ एम्स के निर्माण कमें प्रगति का जायजा लाता उन्हें सभी मुतलका धड़ी बकाया पे मामले का निपटारा करने ते के कमें समय सर पूरा करने दे निर्देश दत उ टायर दो ते टायर त्रै श्रेणी आहरें च योग्य रेड़ी फड़ी आले दी पछान करने के मुख्य सचिवें निर्देश जारी दें उ इने रेड़ी फड़ी आलें डिजिटल लेन देन करने ले, प्रेरित करने अभियान चलाने ले भी आख्या ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਕੱਲ ਦਿੱਲੀ ਯੂਨੀਵਰਸਿਟੀ ਦੇ 100 ਬਰੇ ਦੇ ਸਮਾਪਨ ਸਮਾਰੋਹ ਚ ਸ਼ਾਮਲ ਹੋਣਗਣ ਇਸ ਮੌਕੇ ਪ੍ਰਧਾਨ ਮੰਤਰੀ ਔਰ ਕਿੱਥ ਕੀ ਸੰਬੋਧਿਤ ਕਰਗਣ ਕਾਰਜਕ੍ਰਮ ਦੌਰਾਨ ਪ੍ਰਧਾਨ ਮੰਤਰੀ ਔਰ ਯੂਨੀਵਰਸਿਟੀ ਦੇ ਉੱਤਰ ਕੈਂਪਸ ਚ ਦਿੱਲੀ ਯੂਨੀਵਰਸਿਟੀ ਕੰਪਿਊਟਰ ਕੇਂਦਰ ਤੇ ਫੈਕਲਟੀ ਆਫ ਟੈਕਨੋਲੋਜੀ ਤੇ ਅਕੈਡੈਮਿਕ ਬਲਾਗ ਦੀ ਇਮਾਰਤਾਂ ਦਾ ਵੀ ਨੀਂਹ ਪੱਥਰ ਰਖਗਣ ਦਿੱਲੀ ਯੂਨੀਵਰਸਿਟੀ ਪਹਿਲੀ ਮਈ 1922 ਚ ਖੜੇਰੀ ਗਈ ਸੀ ਪਿਛਲੇ 100 ਬਰੇ ਚ ਵਿਸ਼ਵ ਵਿਦਿਆਲੇ ਦਾ ਵਿਕਾਸ ਤੇ ਇਹਦਾ ਮਤਾ ਵਿਸਤਾਰ ਹੋਇਆ ਹੈ ਤੇ ਉਹਨ 86 ਵਿਭਾਗ 90 ਕਾਲਜ ਇਹਦੇ ਚੈਨ ਅੱਜ ਤੋੜੀ ਯੂਨੀਵਰਸਿਟੀ ਥਮਾ ਕੋਈ 6 ਲੱਖ ਵਿਦਿਆਰਥੀ ਪਾਸ ਹੋਈ ਗਏ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਗੋਲਡਮੈਨ ਸੈਚਸ ਦੇ ਬੋਰਡ ਤੇ ਮੁੱਖ ਨੇਤ੍ਰਿਤ ਕੰਨੇ ਮਿਲਾਟੀ ਕੀਤੀ। ਇੱਕ ਟਵੀਟ ਚ ਪ੍ਰਧਾਨ ਮੰਤਰੀ ਉਰੇ ਆਖਿਆ ਜੇ ਕਿ ਗੋਲਡਮੈਨ ਸੈਚਸ ਦੇ ਬੋਰਡ ਦੇ ਮੈਂਬਰਾਂ ਤੇ ਪ੍ਰਮੁੱਖ ਨੇਤ੍ਰਿਤ ਕੰਨੇ ਗੱਲਬਾਤ ਸਾਰਥਕ ਤੇ ਸਫਲ ਰਹੀ। ਉਹਨੇ ਆਲ ਦੇ ਸੁਧਾਰੇ ਕਰੇ ਵਿਕਾਸ ਲਈ ਮਤੀਕ ਸ਼ਮਤਾ ਤੇ ਵਪਾਰ ਅਨੁਕੂਲ ਮਾਹੌਲ ਦੇ ਬਾਰੇ ਗੱਲ ਵੀ ਉਜਾਗਰ ਕੀਤੀ। ਉਹਨੇ ਭਾਰਤ ਕਿਸ ਚਾਲੀ ਵਿਸ਼ਵਿਕ ਕੰਪਨੀਆਂ ਕੀ ਮਤੇ ਮੌਕੇ ਦੇ ਆਰਦੀ ਹੈ ਦੇ ਬਾਰੇ ਵੀ ਗੱਲ ਕਰਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਦਾਤਿਆ ਚਕਲ ਉਹ ਦੇ ਇੱਕ ਛੜਕ ਆਦਸੇ ਉੱਪਰ ਡੂੰਗਾ ਦੁੱਖ ਦਾ ਬਸ ਉਸ ਪ੍ਰਗਟ ਕੀਤਾ ਅੱਜ ਲੜੀਵਾ ਟਵੀਟ ਰਾਹੀਂ ਸ਼੍ਰੀ ਮੋਦੀ ਉਰੇ ਸੋਗੀ ਪਰਵਾਰ ਤੈ ਦਿੱਲੀ ਅਮ ਦਰਦੀ ਜਤਾਈ ਤੇ ਜ਼ਖਮੀਂ ਦਿੱਤਾ ਉਹ ਲੈ ਨਰੋਏ ਉਹਨੇ ਦੀ ਕਾਮਨਾ ਵੀ ਕੀਤੀ ਉਹਨੇ ਆਖਿਆ ਜੇ ਮਕਾਮੀ ਪ੍ਰਸ਼ਾਸਨ ਰਾਜ ਸਰਕਾਰ ਦੀ ਨਗਰਾਨੀ ਇਠ ਬਚਾਤੇ ਰਾਤ ਦੇ ਕੰਮ ਵਿੱਚ ਪੂਰੀ ਚਾਲੀ ਲੱਗੀ ਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਆਦਿ ਸੇ ਦੇਸ਼ਕਾਰ ਲੋਕਲੇ ਪ੍ਰਧਾਨ ਮੰਤਰੀ ਰਾਸ਼ਟ੍ਰ ਰਾਤ ਫੰਡ ਥਮਾ ਮਾਲੀ ਮਦਦ ਦੇ ਨੇ ਦੀ ਕੋਸ਼ਨਾ ਕੀਤੀ ਇਸ ਆਦਿ ਸੇ ਚ ਮਰੋਣੇ ਵਾਲੇ ਦੇ ਪਰਿਵਾਰ ਜਨੇਗੀ 2 ਲੱਖ ਰੁਪਏ ਤੇ ਜ਼ਖਮੀਏ ਗੀ 50 ਹਜ਼ਾਰ ਰੁਪਏ ਦੇ ਤੌਰ ਪਰ ਬਤੌਰ ਮਾਲੀ ਮਦਦ ਦਿੱਤੀ ਜਾਗ ਇਹ ਖਬਰਾਂ ਤੁਸ ਆਕਾਸ਼ ਵਾਨੀ ਪਰਾ ਸੁਨਾਰਦੇਉ ਗੁਜਰਾਤ ਸਰਕਾਰ ਨੇ ਅੱਜ ਅਮਰੀਕਾ ਦੀ ਇੱਕ ਚਿਪ ਬਣਾਉਣ ਵਾਲੀ ਕੰਪਨੀ ਮਾਈਕਰੋਨ ਟੈਕਨੋਲੋਜੀ ਕੰਨੇ ਸੈਮੀਕੰਡਕਟਰ ਦੀ ਤਿਆਰ ਕਰਨੇ ਤੇ ਪਰਿਕਸ਼ਨ ਸਰਬੰਧੀ ਸਹੂਿਦਾ ਲਈ ਇੱਕ ਸਮਝੌਤਾ ਪੱਤਰ ਉੱਪਰ ਜਿਹੜਾ ਜਿਲ੍ਹਾ ਅਹਮਦਾਬਾਦ ਦੇ ਸਾਨੰਦ ਚ ਦਸਤਖਤ ਕੀਤੇ ਨਾ ਇਸ ਸਮਝੌਤਾ ਪੱਤਰ ਉੱਪਰ ਗਾਂਦੀਨਗਰ ਚ ਮੁੱਖ ਮੰਤਰੀ ਭੁਪਿੰਦਰ ਪਟੇਲ ਤੇ ਕੇਂਦਰੀ ਇਲੈਕਟ੍ਰੋਨਿਕ ਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਉੰਦੀ ਮੌਜੂਦਗੀ ਚ ਦਸਤਖਤ ਹੋਏ ਇਸ ਯੋਜਨਾ ਤਹਿਤ ਕੇਂਦਰ ਸਰਕਾਰ ਅਮਰੀਕਾ ਅਧਾਰਿਤ ਕੰਪਨੀ ਕੀ ਕੁੱਲ ਪ੍ਰੋਜੈਕਟਾਂ ਦੀ ਲਾਗਤ ਲਈ 50% مالی ਮਦਦ ਪ੍ਰਦਾਨ ਕਰੋਗ ਜਿਸ ਲਾਕੇ ਰਾਜ ਸਰਕਾਰ ਕੁੱਲ ਰਕਮ ਦਾ 20% ਪ੍ਰੋਤਸਾਹਨ ਦੇਗ ਇਸ ਯੋਜਨਾ ਕੰਨੇ ਰਾਜ ਚ ਸੁੱਧੇ 5000 ਰੋਜ਼ਗਾਰ ਦੇ ਮੌਕੇ ਖੁੱਲਨੇ ਦੀ ਮੀਦ ਹੈ ਅਧਿਕਾਰਿਕ ਵਿਗਿਆਪਨ ਮੁਜਬ ਪਹਿਲੇ ਗੇਟ ਦਾ ਸੰਜੰਤਰ 2024 ਦੇ ਅਖੀਰ ਤੋਂ ਹੀ ਕੰਮ ਕਰਨਾ ਸ਼ੁਰੂ ਹੋਈ ਜਾਗ भारतीय जनता पार्टी के वरिष्ठ नेता केंद्र गृह मंत्री अमित शाह और अ बिहार की लखीसराय थार एक जनसभा की संबोधित करन राज्य बीजेपी प्रमुख सम्राट चौधरी आख्या जे श्री शाह और लखीसराय के गांधी मैदान च हंकार रैली की संबोधित करगन श्री शाह हं पंद्रह पार्टियों की किठ मगरा ए पहली जनसभा हो ਸ਼੍ਰੀ ਸ਼ਾਹ ਹੋਰ ਬਿਹਾਰ ਵਿਧਾਨ ਸਭਾ ਦੇ ਸਾਬਕਾ ਸਪੀਕਰ ਵਿਜੇ ਕੁਮਾਰ ਸਿਨਹਾ ਉਹਦੇ ਘਰ ਪਾਰਟੀ ਵਰਕਰੇ ਕਰਨੇ ਵੀ ਬੈਠਕ ਲਾਂਗਨ ਲੱਕੀ ਸਰਾਇ ਪੁੱਜਨੇ ਮਗਰਾ ਉਹ ਸ਼ਿਵ ਮੰਦਰ ਚ ਪੂਜਾ ਅਰਚਨਾ ਵੀ ਕਰਗਨ ਕੁਰਬਾਨੀ ਦਾ ਤਿਆਰ ਈਦ ਈਦੁਲ ਅਜ਼ਾ ਅਜ ਮੁਲਖੇ ਤੇ ਬਖ ਬਖ ਇਸ ਸੱਚ ਬੜੇ ਗੇ ਧਾਰਮਿਕ ਜੋਸ਼ ਤੇ ਜਜ਼ਬੇ ਕਰਨੇ ਮਨਾਈ ਜਾਂਦੀ ਹੈ ईदगाह ਤੇ ਵੱਡੀ ਮਸੀਤਾਂ 'ਚ Eid ਦੀ ਨਮਾਜ਼ ਅਦਾ ਕੀਤੀ ਜਾਗ ਦਿੱਲੀ 'ਚ ਮੁੱਖ Eid ਦੀ ਨਮਾਜ਼ জামਿਆ ਮਸਜਦ ਫਤਾਪੁਰੀ ਮਸੀਤ ਤੇ ਸ਼ਾਹੀ Eidਗਾ 'ਚ ਅਦਾ ਕੀਤੀ ਜਾ ਰਹੀ ਹੈ ਪੈਗੰਬਰ ਇਬਰਾਹਿਮ ਹੋਰੇ ਅੱਲਾ ਦੇ ਹੁਕਮ ਉੱਪਰ ਆਪਣੇ ਇਕਮਾਤਰ ਪੁੱਤਰ ਦੀ ਕੁਰਬਾਨੀ ਦੀ ਇਜਾਜ਼ਤ ਦਿੱਤੀ ਹੀ Eidul Azada Tyar ਇਸ ਦੇ ਚੇਤੇ 'ਚ ਮਨਾਈ ਜਾਂਦੀ ਹੈ ਇਸ ਮੌਕੇ ਸੁਰੱਖਿਆ ਦੇ ਨਿਗਰ ਇੰਤਜ਼ਾਮ ਕੀਤੇ ਗਏ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਤਾਰਮੀ ਪਾਰਟੀਆਂ ਸਹਿਕਾਰਤਾ ਕਾਂਗਰਸ ਦਾ ਅਗਲੇ ਮਹੀਨੇ ਦੀ ਪਹਿਲੀ ਤਰੀਕੇ ਦੀ ਪ੍ਰਗਤੀ ਮੈਦਾਨ ਚ ਸ਼ੁਰੂਆਤ ਕਰਾਂਗਨ ਭਾਰਤ ਦੀ ਰਾਸ਼ਟਰੀ ਸਹਿਕਾਰਤਾ ਯੂਨੀਅਨ ਅਮਰਤਕਾਲ ਗਤੀਸ਼ੀਲ ਭਾਰਤ ਲਈ ਸਹਿਕਾਰਤਾ ਰਾਹੀਂ ਖੁਸ਼ਹਾਲੀ ਵਿਸ਼ੇ ਉੱਪਰ ਦਾਉ ਰੋਜ਼ਾ ਕਾਂਗਰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹਦੀ ਅਧਿਖਸ਼ਤਾ ਕੇਂਦਰੀ ਗ੍ਰਾਹ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਉਰ ਕਰਗਨ ਸਹਿਕਾਰਤਾ ਕਾਂਗਰਸ ਦੇ ਆਯੋਜਨ ਦੇ ਮਕਸਦ ਬਾਰੇ ਜਾਣਕਾਰੀ ਦਿੰਦੇ ਹੋਏ ਸਹਿਕਾਰਤਾ ਮੰਤਰਾਲੇ ਨੇ ਆਖਿਆ ਜੇ ਕਿ ਇਹਦੇ ਚ ਸਹਿਕਾਰਤਾ ਮੁਹਿੰਮ ਚ ਸਹਿਕਾਰਤਾएं ਆਸਿਆ ਅਪਣਾਈ ਗਈ ਦੀ ਬਿਹਤਰੀਨ ਪ੍ਰਤੈਗੀ ਪ੍ਰਦਰਸ਼ਿਤ ਕਰਨਾ ਤੇ ਸਹਿਕਾਰਤਾ ਖੇਤਰ ਦੀ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀਓਰੇ ਮੋਟੇ ਅਨਾਜ ਸਬੰਧੀ ਇੱਕ ਗਾਣੇ ਅਬੰਡੈਂਸ ਇਨ ਮਿਲਟਸ ਦੇ ਵੀਡੀਓ ਜਾਰੀ ਹੋਣ ਤੇ ਸਰਾਨਾ ਕੀਤੀ ਹੈ। ਇੱਕ ਟਵੀਟ ਚ ਸ਼੍ਰੀ ਮੋਦੀਓਰੇ ਆਖਿਆ ਜੇ ਕਿ ਇਹ ਇੱਕ ਮਤੀ ਰਚਨਾਤਮਕ ਗਏ ਹੈ ਤੇ ਇਹਦੇ ਨੇ ਮਤੇ ਲੋਕਾਂ ਦੀ ਸੇਤਮੰਦ ਜੀਵਨ ਜੀਣੇ ਲਈ ਮੁੱਟੇ ਅਨਾਜ ਦੇ ਇਸਤੇਮਾਲ ਕਰਨੇ ਕੀਤੇ ਪ੍ਰੇਰਿਤ ਵੀ ਕੀਤਾ ਜਾਂਦਾ ਹੈ ਭਾਰਤੀ ਅਮਰੀਕੀ ਗਾਇਕ ਗ੍ਰੈਮੀ ਜੇਤੂ ਫਾਲਗੁਨੀ ਸ਼ਾ ਉਹਦਾ ਅਧਿਕਾਰਿਕ ਵੀਡੀਓ ਚ ਮੁੱਟੇ ਅਨਾਜ ਦੀ ਬੜਾਵਾ ਦੇਣੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਨੇ ਰਲিয়ে ਕਲ ਇਹ ਵਿਸ਼ੇਸ਼ ਗੀਤ ਜਾਰੀ ਕੀਤਾ ਗਿਆ ਗਾਣੀ ਦੇ ਬੋਲ ਇੰਡੀ ਤੇ ਅੰਗਰੇਜ਼ੀ ਦੋਨੇ ਚ ਨਾ ਇਸ ਗਾਣੇ ਦਾ ਮਕਸਦ ਮोटे ਅਨਾਜ ਪ੍ਰਤੀ ਜਾਗਰੂਕਤਾ ਫੈਲਾਨੇ ਦਾ ਹੈ ਤੇ ਵਿਸ਼ਵ ਵਿੱਚ ਭੁੱਖ ਮਰੀਗੀ ਘਟ ਕਰਨੇ ਚ ਇਹ ਪ੍ਰਮੁੱਖ ਸ਼ਮਤਾ ਰੱਖਦਾ ਹੈ। ਇਹਦੇ ਬਾਰੇ ਸ਼ਾਉਨ ਦੀ ਵੈਬਸਾਈਟ ਪਰ ਪੂਰੀ ਜਾਣਕਾਰੀ ਥੋਈ ਸਕਦੀ ਹੈ। 233 ਬਰੇਗੀ ਅੰਤਰਰਾਸ਼ਟਰੀ ਮोटे ਅਨਾਜ ਸਰਬੰਧੀ ਬਰਾ ਰੱਖਿਆ ਗਿਆ ਹੈ ਤੇ ਅਖੀਰ ਚ ਖਾਸ ਖਾਸ ਖਬਰਾਂ ਇੱਕ ਬਾਰੀ ਪੜਤੀ ਹੈ। ਕੇਂਦਰੀ ਮੰਤਰੀ ਮੰਡਲ ਨੇ ਕਰਨਾ ਕਰਸਾਨੇ ਲਈ ਸਭ ਨੇ ਥਮਾ ਬੱਧ ਕੀਮਤ ₹315 ਪ੍ਰਤੀ ਕੁਇੰਟਲ ਲਾਕਾਰੇ ਮੁੱਲ ਦੇ ਦੇ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀਓਰੇ ਪ੍ਰਗਤੀ ਬੈਠਕਾਂ ਦੀ ਅਧਿਕਸ਼ਤਾ ਕੀਤੀ ਰੇੜੀ ਫੜਿਆਲੇ ਆਸਿਆ ਡਿਜੀਟਲ ਲੈਣ-ਦੇਣ ਕੀ ਮਿਸ਼ਨ ਮੂਰਤ ਤੱਕ ਬੜਾਵਾ ਦੇਣ ਦੇ ਨਿਰਦੇਸ਼ ਦਿੱਤੇ। गुजरात ਸਰਕਾਰੇ ਸੈਮੀਕੰਡਕਟਰ ਚਿਪ ਬਣਾਉਣੇ ਵਾਲੀ ਅਮਰੀਕਾ ਦੀ ਕੰਪਨੀ ਕਨੇ ਅਹਮਦਾਬਾਦ ਚ ਸੈਮੀਕੰਡਕਟਰ ਤਿਆਰ ਕਰਨੇ ਵਾਲੀ ਇਕਾਈ ਦੀ ਸਥਾਪਨਾ ਕਰਨੇ ਸਰਵੰਧੀ ਇੱਕ ਸਮਝੌਤਾ ਪੱਤਰ ਪਰ ਦਸਤਖਤ ਕੀਤੇ ਨਾ ਕੇਂਦਰੀ ਗ੍ਰਹਿ ਮੰਤਰੀ ਹੋਰੇ ਬਿਹਾਰ ਚ ਲੱਖੀ ਸਰਾਈ ਚ ਇਕ ਜਨ ਰੈਲੀ ਕੀ ਸੰਭੋਧਿਤ ਕਰ ਗਨ ਤੇ ਬਕਰ Eid ਅੱਜ ਪੂਰੇ ਮੁਲਖਾ ਚ ਪੂਰੇ ਧਾਰਮਿਕ ਸ਼ਰਧਾ ਤੇ ਪਾਵਨਾ ਕਰਨੇ ਮਨਾਇਆ ਜਾ ਰਦੀ ਹੈ ਇਸ ਬਲੇ ਦੇ ਬੁਲੇਟਿਨ ਚ ਬਸ ਇਨਾ ਗਏ